सवाल कि आखिर पंजाब च हो की रहा है, पंजाब च कानून का राज है या फिर गुंडा राज है। लुधियाना च हुई करोड़ों की लुट का मामला हाले सुलझा भी नहीं सी कि एक दो नहीं तीन तीन अजिहां तस्वीर निकल के सामने आ गई, तीन तीन अजिहां वारदातां निकल के सामने आ गई जो ये सवाल पूछण दे लई मजबूर कर रही ने कि हुण पंजाब च लोग सुरक्षित भी ने या नहीं। दसो कि की समझिए, आखिर की होया है, कित्थे होया है ते किवें होया है, इस रिपोर्ट च वेखो। देखो पंजाब में इस टाइम माहौल आप इस चीज़ के विटनेस हो गए, बिल्कुल 100% ठीक माहौल है। ABTF ने बड़ा इफेक्टिव काम किया पिछले दिनों में, कोई किसी तरह की अब गैंगस्टर्स की एक्टिविटी देखने को नहीं मिली पिछले काफी टाइम से। वाह गिल साहब वाह, तुसी तां इह दावा ठोक दिता कि पंजाब च माहौल ठीक है, वह भी 100%, पर इन्हां तीन तस्वीरां नूं वेखण तों बाद तुहाडे इस दावे ते यकीन करना थोड़ा औखा ही लग रहा है, क्योंकि यह तस्वीरां तुहाडे दावे की फूक कढ रही ने, उन्हां नूं फोका साबित कर रही ने। जी हाँ, हाले तां लुधियाना वाले लुटेरे फड़े भी नहीं सी गए कि अमृतसर च एक होर वड्डी लुट हो गई। चिट्टे दिनी लुट की वारदात नूं अंजाम दिता गया। जानकारी मुताबक निजी कंपनी का मुलाजम जदों बैंक च कैश जमा करवाउण जा रहा सी तां अणपछाते लुटेरियां ने उस नूं घेरा पा लिया। तेज तार हथियारां दे नाल लैस है लुटेरे नौजवान दियां अखां च मिर्चां पा के उस कोलों करीब 10 लाख रुपए कैश लुट के फरार हो गए। जी हाँ, दस्या तां यही जा रहा है। पीड़त मुताबक ना सिर्फ लुटेरे उस कोलों नकदी खो के लै गए, सगों ना उस दे नाल बुरी तरह कुटमार भी की। वारदात तो बाद मौके ते पहुंची पुलिस ने दस्या है कि मामला दर्ज कर लिया गया है ते अगली जांच की जा रही है। कैश चुकना मैं कंपनी दा, रेडियंट कैश मैनेजमेंट कंपनी है कि मेरी। अच्छा, ते मैं सर दो फर्मां तो कैश चुक के मैं तीसरी फर्म ते जा रहा सी। किन्ना सी कैश? नहीं सर, 10.5 लाख तो ऊपर सी। अच्छा, हाँ जी। ਕਿਹੜੀ ਜਗ੍ਹਾ ਜਾ ਰਹੇ ਸੀ? ਇਹ ਸਰ ਮੈਂ ਅੱਗੇ ਜਾ ਰਿਹਾ ਸੀ, ਕਬੀਰ ਪਾਰਕ ਵਾਲੀ ਸਾਈਡ 'ਤੇ ਜਾ ਰਿਹਾ ਸੀ। ਠੀਕ ਹੈ ਜੀ। ਅਤੇ ਸਰ ਮੈਨੂੰ ਰਾਹ 'ਚ ਇਹਨਾਂ ਨੇ ਮੋਟਰਸਾਈਕਲ ਇੱਕ ਜਾਣੇ ਨੇ ਗਾੜੀ ਲਾ ਦਿੱਤਾ ਅਤੇ ਪਿੱਛੋਂ ਸਰ ਅੱਖਾਂ 'ਚ ਮਿਰਚਾਂ ਪਾ ਦਿੱਤੀਆਂ ਮੇਰੇ। ਕਿੱਥੇ ਵੀ ਜਾ ਕੇ ਤੁਹਾਨੂੰ ਕਿਹ ਰਿਹਾ ਸੀ? ਸਰ ਪੁਰਾਣੀ ਚੁੰਗੀ 'ਤੇ, ਅਤੇ ਉਹਨਾਂ ਨੇ ਦਾਤਰ ਦੁੱਤਰ ਮਾਰੇ, ਮੈਂ ਪਹਿਲਾਂ ਬੈਗ ਨਹੀਂ ਛੱਡਿਆ ਆਪਣਾ, ਫਿਰ ਜਦੋਂ ਉਹਨਾਂ ਨੇ ਪਿਸਟਲ ਗੱਡੀ 'ਤੇ ਫਿਰ ਸਰ ਮੈਂ ਆਪਣਾ ਬੈਗ ਬਚਾ ਕੇ ਤੁਹਾਨੂੰ ਕਿ ਬੈਗ ਛੱਡ ਦਿੱਤਾ ਮੈਂ। ਰੇਡੀਅੰਟ ਕੈਸ਼ ਮੈਨੇਜਮੈਂਟ ਕੰਪਨੀ ਆ ਜੀ, ਉਹਦੇ ਮੁਲਾਜ਼ਮ ਨਾਲ ਖੋ ਹੀ ਦੱਸਦੇ ਆ ਜੀ, ਬਾਕੀ ਵੈਰੀਫਾਈ ਕਰ ਰਹੇ ਆ ਸਰ, ਇਹ ਨਹੀਂ ਅਜੇ ਕਲੀਅਰ ਹੈਗਾ ਜੀ। ਉਧਰ ਮੋਗਾ 'ਚ ਤਾਂ ਹੱਦ ਹੀ ਪਾਰ ਹੋ ਗਈ। ਸੀਸੀਟੀਵੀ 'ਚ ਇੱਕ ਅਜਿਹੀ ਵਾਰਦਾਤ ਕੈਦ ਹੋਈ ਹੈ ਜਿਸ ਨੂੰ ਵੇਖ ਕੇ ਤੁਹਾਡੀਆਂ ਅੱਖਾਂ ਖੁੱਲੀਆਂ ਰਹਿ ਜਾਣਗੀਆਂ। ਜੀ ਹਾਂ, ਰਾਮਗੰਜ ਮੰਡੀ 'ਚ ਏਸ਼ੀਆ ਜਿਊਲਰ ਦੀ ਦੁਕਾਨ 'ਚ ਲੁਟੇਰੇ ਗਾਹਕ ਬਣ ਕੇ ਦਾਖਲ ਹੋਏ। ਕੁਝ ਹੀ ਦੇਰ ਬਾਅਦ ਇਹਨਾਂ ਲੁਟੇਰਿਆਂ ਨੇ ਡੱਬਾ 'ਚੋਂ ਪਿਸਤੌਲਾਂ ਕੱਢ ਲਈਆਂ ਅਤੇ ਠਾ ਠਾ ਕਰਨੀ ਸ਼ੁਰੂ ਕਰ ਦਿੱਤੀ। ਲੁਟੇਰਿਆਂ ਵੱਲੋਂ ਕੀਤੀ ਗਈ ਗੋਲੀਬਾਰੀ 'ਚ ਇੱਕ ਦੁਕਾਨਦਾਰ ਦੀ ਇੱਥੇ ਮੌਤ ਹੋ ਗਈ ਹੈ ਅਤੇ ਲੁਟੇਰੇ ਦੁਕਾਨ 'ਚੋਂ ਗਹਿਣੇ ਅਤੇ ਨਕਦੀ ਲੁੱਟ ਕੇ ਫਰਾਰ ਹੋ ਗਏ। ਫਿਲਮੀ ਅੰਦਾਜ਼ 'ਚ ਹੋਈ ਇਸ ਲੁੱਟ ਦੀਆਂ ਤਸਵੀਰਾਂ ਸੀਸੀਟੀਵੀ ਕੈਮਰਿਆਂ 'ਚ ਵੀ ਕੈਦ ਹੋਈਆਂ ਨੇ। ਦੱਸਿਆ ਜਾ ਰਿਹਾ ਕਿ ਮੋਗਾ 'ਚ ਇੱਕ ਹਫ਼ਤੇ 'ਚ ਹੋਈ ਲੁੱਟ ਦੀ ਇਹ ਦੂਜੀ ਵਾਰਦਾਤ ਹੈ ਅਤੇ ਜਦ ਇਸ ਵਾਰਦਾਤ ਬਾਰੇ ਪੁਲਿਸ ਨੂੰ ਸਵਾਲ ਪੁੱਛਿਆ ਗਿਆ ਕਿ ਭਾਈ ਕਾਨੂੰਨ ਦਾ ਰਾਜ ਗੁੰਡਾ ਰਾਜ ਕਿਉਂ ਬਣਦਾ ਜਾ ਰਿਹਾ, ਇਹ ਸਭ ਕੁਝ ਕੀ ਹੋ ਰਿਹਾ, ਪੁਲਿਸ ਕੀ ਕਰ ਰਹੀ ਹੈ, ਤਾਂ ਅੱਗੋਂ ਜੋ ਜਵਾਬ ਆਇਆ ਲਓ ਤੁਸੀਂ ਖੁਦ ਹੀ ਸੁਣ ਲਓ। ਇੱਥੇ ਸਿਟੀ ਸਾਊਥ ਏਰੀਆ ਦੇ ਵਿੱਚ ਹੀ ਇੱਕ ਜਵੈਲਰ ਦਾ ਨਾਮ ਹੈ ਏਸ਼ੀਆ ਜਿਊਲਰਸ ਹੈ। ਇਸ ਜਿਊਲਰਸ ਦੇ ਵਿੱਚ ਕੁਛ ਮੁੰਡੇ ਪਹਿਲਾਂ ਕਸਟਮਰ ਬਣ ਕੇ ਕਲਾਇੰਟ ਬਣ ਕੇ ਸ਼ਾਪਿੰਗ ਕਰਨ ਦੇ ਲਈ ਇੱਥੇ ਆਏ ਸੀਗੇ ਦੁਕਾਨ ਦੇ ਵਿੱਚ, ਔਰ ਉਹਨਾਂ ਨੇ ਇੱਥੇ ਕਾਫੀ ਦੇਰ ਬੈਠ ਕੇ ਗੋਲਡ ਆਰਨਮੈਂਟਸ ਵਗੈਰਾ ਦੇਖਦੇ ਰਹੇ ਨੇ। ਉਹਦਾ ਬਾਅਦ ਤਿੰਨ ਬੰਦੇ ਦੇ ਇਲਾਵਾ ਔਰ ਦੋ ਬੰਦੇ ਨਾਲ ਆ ਗਏ ਨੇ। ਉਹ ਤੋਂ ਬਾਅਦ ਇਹਨਾਂ ਨੇ ਲੁੱਟਣ ਦੇ ਨੀਤ ਨਾਲ, ਰਾਬਰੀ ਕਰਨ ਦੇ ਨੀਤ ਨਾਲ ਜਿਹੜੇ ਮਾਲਿਕ ਨੂੰ ਗੋਲੀ ਚਲਾ ਕੇ ਉਹਨਾਂ ਨੂੰ ਜ਼ਖਮੀ ਕਰਤਾ, ਔਰ ਜਾਤੇ ਵਕਤ ਕਾ ਗੋਲਡ ਆਈਟਮਸ ਹੈ, ਆਰਨਮੈਂਟਸ ਹੈ, ਉਹਨਾਂ ਨੇ ਇੱਥੋਂ ਰਾਬਰੀ ਕਰਕੇ ਲੈ ਗਏ ਨੇ। ਬਾਕੀ ਅਸੀਂ ਮੌਕਾ ਪਰ ਨੇ, ਸਾਡੇ ਟੀਮ ਨੇ, ਅਸੀਂ ਇਹਦੀ ਇਨਵੈਸਟੀਗੇਸ਼ਨ ਕਰਾਂਗੇ, ਜਲਦੀ ਟਰੇਸ ਕਰਾਂਗੇ। ਹੁਣ ਗੱਲ ਲੁਧਿਆਣਾ ਦੀ ਵੀ ਕਰ ਲੈਂਦੇ ਹਾਂ। ਲੁਧਿਆਣਾ 'ਚ ਕੈਸ਼ ਵੈਨ ਕੰਪਨੀ 'ਚੋਂ ਹੋਈ ਕਰੋੜਾਂ ਦੀ ਲੁੱਟ ਮਾਮਲੇ 'ਚ ਹਾਲੇ ਪੁਲਿਸ ਦੇ ਹੱਥ ਖਾਲੀ ਪਏ ਨੇ। ਦੂਜੇ ਪਾਸੇ ਲੁਧਿਆਣਾ ਦੇ ਤੁਗਰੀ ਇਲਾਕੇ 'ਚ ਤੜਕਸਾਰ ਲੁਟੇਰਿਆਂ ਨੇ ਇੱਕ ਹੋਰ ਵਾਰਦਾਤ ਕਰਕੇ ਇਹ ਸਾਬਤ ਕਰ ਦਿੱਤਾ ਕਿ ਉਹਨਾਂ ਨੂੰ ਦਿਲਾਂ 'ਚ ਖਾਕੀ ਦਾ ਕਿੰਨਾ ਕੁ ਖੌਫ ਹੈ। ਜੀ ਹਾਂ, ਇੱਥੇ ਇੱਕ ਘਰ ਨੂੰ ਲੁਟੇਰਿਆਂ ਨੇ ਨਿਸ਼ਾਨਾ ਬਣਾਇਆ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ 20 ਤੋਲੇ ਦੇ ਕਰੀਬ ਸੋਨਾ ਅਤੇ 5 ਲੱਖ ਰੁਪਏ ਕੈਸ਼ ਚੋਰੀ ਕਰਕੇ ਮੁਲਜ਼ਮ ਫਰਾਰ ਹੋ ਗਏ। ਪੀੜਤ ਮਧੂਬਾਲਾ ਨੇ ਦੱਸਿਆ ਕਿ ਸਵੇਰੇ ਜਦੋਂ ਉਹ ਸੈਰ ਕਰਕੇ ਵਾਪਸ ਆਈ
ਤਾਂ ਵੇਖਿਆ ਕਿ ਅਲਮਾਰੀ ਖੁੱਲੀ ਪਈ ਸੀ ਤੇ ਉਸ ਚੋਂ ਸੋਨਾ ਅਤੇ ਨਗਦੀ ਗਾਇਬ ਸੀ। SHO ਨਾਲ ਮੈਂ ਗੱਲ ਕੀਤੀ ਹੈ, ਉਹਨਾਂ ਦੱਸਿਆ ਵੀ ਇੱਕ ਚੋਰੀ ਦੀ ਵਾਰਦਾਤ ਹੋਈ ਹੈ ਤੇ SHO ਨੂੰ ਮੈਂ ਹਦਾਇਤ ਕੀਤੀ ਤੇ ਖੁਦ ਮੌਕੇ ਤੇ ਜਾ ਕੇ ਇਸ ਗੱਲ ਦੀ ਤਸਦੀਕ ਕਰੇ, ਜੋ ਬਣਦੀ ਕਾਨੂੰਨੀ ਕਾਰਵਾਈ ਕਰੇ ਤੇ ਅਸੀਂ ਹਰ ਐਂਗਲ ਤੋਂ ਤਫਤੀਸ਼ ਕਰਾਂਗੇ ਤੇ ਇਹਨੂੰ ਮੁਕਦਮੇ ਨੂੰ ਹੱਲ ਕਰਾਂਗੇ। ਤਸਵੀਰਾਂ ਤੁਹਾਨੂੰ ਵਿਖਾਉਣ ਤੋਂ ਬਾਅਦ ਤੁਹਾਨੂੰ ਮੁੜ ਤੋਂ IG ਸਾਹਿਬ ਦਾ ਬਿਆਨ ਸੁਣਵਾਉਂਦੇ ਹਾਂ। देखो पंजाब में इस टाइम माहौल आप इस चीज़ के विटनेस हो गए, बिल्कुल 100% ठीक माहौल है। ABTF ने बड़ा इफेक्टिव काम किया पिछले दिनों में, कोई किसी तरह की अब गैंगस्टर्स की एक्टिविटी देखने को नहीं मिली पिछले काफ़ी टाइम से। तो ऑलरेडी पंजाब पुलिस सारा प्रॉपर उसकी ग्रिप में है, सारा हमारे जो स्पेशलाइज्ड विंग्स हैं जैसे AGTF है या हमारे जो इंटरनल सिक्योरिटी विंग है बहुत इफेक्टिवली काम कर रहे हैं। हुण तुहानू एक सवाल पूछते हैं कि वाकई सूबे च सब कुछ 100% ठीक है, अमन शांति है, कानून दा राज है? इस सवाल दा जवाब असी तुहाडे ते छड्या। BTC न्यूज़ लई अमृतसर तो मनिंदर मोंगा, मोगा तो सरबजीत रौली ते लुधियाना तो नवीन शर्मा दी रिपोर्ट।